ਪ੍ਰਸਾਦ ਹੋ ਮਬਾਜੀ ਬਾਬਾ ਜੀ ਜਿੱਦਾਂ ਜ਼ਿੰਦਗੀ 'ਚ ਬੜਾ ਕੁਝ ਕਰ ਲਿਆ ਹੁਣ ਤੱਕ ਪਰ ਬਾਬਾ ਜੀ ਸਕਸੈਸ ਨਹੀਂ ਮਿਲ ਰਹੀ ਕੀ ਮਤਲਬ ਇਹ ਹਾਰਡ ਵਰਕ 'ਚ ਕਮੀ ਹੈ ਕਿ ਡੈਸਟੀਨੀ ਹੈ ਬੇਟਾ ਆਪਾਂ ਜਲਦਬਾਜ਼ੀ ਕਰਦੇ ਆਂ ਅੱਜ ਕੱਲ ਦੇ ਨੌਜਵਾਨ ਬੱਚੇ ਸਾਰੇ ਬਹੁਤ ਜਲਦਬਾਜ਼ੀ ਕਰਦੇ ਆ ਜੀ ਬੇਟਾ ਸਾਰੀਆਂ ਚੀਜ਼ਾਂ ਜਲਦੀ ਮਿਲ ਜਾਣਗੀਆਂ ਨਾ ਤਾਂ ਕਦਰ ਨਹੀਂ ਹੁੰਦੀ ਬੇਟਾ ਆਪਾਂ ਆਪਣੇ ਆਪ ਨੂੰ ਸਪੇਸ ਆਊਟ ਕਰਨਾ ਹੈ ਬੇਟਾ ਹਰ ਇੱਕ ਚੀਜ਼ ਦਾ ਵਕਤ ਹੁੰਦਾ ਹੈ ਇਹ ਜਿਹੜਾ ਤੁਹਾਡਾ ਵਕਤ ਹੈ ਨਾ ਮਿਹਨਤ ਕਰਨਾ ਹੈ ਮਿਹਨਤ ਕਰਾਂਗੇ ਮਾਲਕ ਜ਼ਰੂਰ ਬਖਸ਼ੇਂ ਤੁਹਾਡੀ ਮਿਹਨਤ ਕਦੇ ਫਜ਼ੂਰ ਨਹੀਂ ਜਾਂਦੀ ਮਿਲੂਗਾ ਮਗਰ ਮਾਲਕ ਦੇਵੇ ਉਦੋਂ ਜਦੋਂ ਸਾਨੂੰ ਉਸ ਚੀਜ਼ ਦਾ ਫਾਇਦਾ ਹੋਵੇ ਹੁਣ ਆਪਾਂ ਛੇਤੀ ਲੈ ਕੇ ਹੁਣ ਕੀ ਹੁੰਦਾ ਹੈ ਕਿਸੇ ਨੂੰ ਜਿਆਦਾ 20 21 ਸਾਲ ਦੀ ਉਮਰ ਵਿੱਚ ਹੀ ਉਹਨੂੰ ਪੈਸਾ ਮਿਲ ਜਾਂਦਾ ਸਕਸੈਸ ਮਿਲ ਜਾਂਦੀ ਹੈਗੀ ਹੈ ਫਿਰ ਪੁੱਠੇ ਪਾਸੇ ਭੱਜ ਜਾਂਦਾ ਬੇਟਾ ਸੋ ਇਸ ਕਰਕੇ ਜਲਦਬਾਜ਼ੀ ਨਾ ਕਰੋ ਆਪਾਂ ਪਾਣੀ ਚ ਰਹਿਣਾ ਹੈ ਮਿਹਨਤ ਕਰੋ ਮਿਲੂਗਾ ਜ਼ਰੂਰ ਮਗਰ ਮਿਲੇ ਉਦੋਂ ਜਦੋਂ ਅਸੀਂ ਉਹਦੀ ਕਦਰ ਕਰਾਂਗੇ ਆਪਣੀ ਮੰਗ ਦੇ ਨਾਲ ਠੀਕ ਹੈ ਬਾਬਾ ਜੀ ਸੈਕਿੰਡ ਕੁਐਸਚਨ ਹੈ ਬਾਬਾਈ ਜਿੱਦਾਂ ਸਾਨੂੰ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਕਿ ਅਰੇਂਜ ਬੇਟਾ ਦੇਖੋ ਦੋਨਾਂ 'ਚ ਆਪਣਾ ਫਾਇਦਾ ਹੈ ਦੋਨਾਂ 'ਚ ਆਪਣਾ ਨੁਕਸਾਨ ਹੈ ਬੇਟਾ ਜਦੋਂ ਮਾਪੇ ਦੇਖਦੇ ਹਨ ਨਾ ਬੇਟਾ ਬਹੁਤ ਕੁਝ ਦੇਖਦੇ ਹਨ ਉਹਨਾਂ ਨੇ ਪਰਿਵਾਰ ਵੀ ਦੇਖਣਾ ਹੈ ਉਹਨਾਂ ਨੇ ਇਹ ਦੇਖਣਾ ਹੈ ਕਿ ਬਈ ਮੇਰੇ ਬੱਚੇ ਵਿੱਚ ਤਾਕਤਾਂ ਵੀ ਹੈ ਕਮਜ਼ੋਰੀਆਂ ਵੀ ਹੈ ਉਹ ਇਹੋ ਜੀ ਕੁੜੀ ਲੱਭਦੇ ਆ ਕਿ ਜਿਹੜੀ ਇਹਦੀ ਕਮਜ਼ੋਰੀ ਹੈ ਉਹਦੇ ਨਾਲ ਇਹ ਸਹਾਰਾ ਬਣੂਗੀ ਦੂਜੀ ਕੁੜੀ ਆ ਕੇ ਸਾਰਾ ਕੁਝ ਦੇਖਦੇ ਬੇਟਾ ਅਸੀਂ ਕੀ ਦੇਖਦੇ ਆ ਮੁੰਡੇ ਕੀ ਦੇਖਦੇ ਆ ਉਹਨਾਂ ਨੂੰ ਤਾਂ ਸੂਰਤ ਉਹ ਦਿਖਾਈ ਦਿੰਦੀ ਹੈ ਉਹ ਥੱਲਾ ਨਹੀਂ ਦਿਖਾਈ ਦਿੰਦਾ ਠੀਕ ਹੈ ਨਾ ਅੱਛਾ ਉਹ ਜਿਹੜੀ ਸੂਰਤ ਹੈ ਉਹਦਾ ਚਾ ਚੰਦ ਦਿਨ ਚੰਦ ਮਹੀਨੇ ਰਹਿਣੇ ਆ ਉਹਦੇ ਬਾਅਦ ਤਾਂ ਸਾਨੂੰ ਕੋਈ ਡੈਕੋਰੇਸ਼ਨ ਪੀਸ ਤਾਂ ਚਾਹੀਦਾ ਨਹੀਂਗਾ ਸਾਨੂੰ ਜੀਵਨ ਦਾ ਸਾਥੀ ਚਾਹੀਦਾ ਬੇਟਾ ਹੁਣ ਜੀਵਨ ਦਾ ਸਾਥੀ ਚੰਗਾ ਉਹੀ ਹੋ ਸਕਦਾ ਜਿਹਦੇ ਨਾਲ ਤੁਹਾਡੀ ਸੋਚ ਮਿਲੇ। ਔਰ ਜੇ ਸੋਚ ਨਹੀਂ ਮਿਲਦੀ ਭਾਵੇਂ ਜਿੰਨਾ ਮਰਜ਼ੀ ਸੋਹਣੀ ਹੋਵੇ ਡੈਕੋਰੇਸ਼ਨ ਪੀਸ ਤਾਂ ਆਪਾਂ ਮੈਂਟਲ ਪੀਸ ਰੱਖਣਾ ਨਹੀਂ ਦਾ ਬੇਟਾ। ਸੋ ਆਪਾਂ ਜਦੋਂ ਕਿਸੇ ਨੂੰ ਇਹ ਜਿਹੜਾ ਤੁਹਾਡਾ ਸੋ ਕਾਲਡ ਲਵ ਮੈਰਿਜ ਹੈ ਤੁਸੀਂ ਇੱਕ ਦੂਜੇ ਨੂੰ ਦੇਖਦੇ ਹੋ, ਮਿਲਦੇ ਹੋ ਸਾਰੀ ਬੈਸਟ ਬਿਹੇਵੀਅਰ ਤੇ ਹੁੰਦੇ। ਅਸਲੀਅਤ ਨਹੀਂ ਪਤਾ ਚਲਦੀ ਬੇਟਾ। ਅਸਲੀਅਤ ਉਦੋਂ ਪਤਾ ਚਲਦੀ ਹੈ ਜਦੋਂ ਨਾਲ ਰਹਿਣਾ ਪੈਂਦਾ। ਨਹੀਂ ਸੂਇਸ ਕਰਕੇ ਤੁਹਾਡੇ ਉੱਤੇ ਬੇਟਾ ਅੱਜਕੱਲ ਮੁੰਡੇ ਦੇਖਦੇ ਤਾਂ ਹੈ ਨਹੀਂ ਕੁਝ ਠੀਕ ਆਮ ਜੀ ਥੈਂਕ ਯੂ